ਤੁਕਤੇ ਅੱਜ ਨੇ ਇੱਕ ਕਹਾਣੀ ਪੜ੍ਹੀ ਸੂਹੇ ਅਖਰਾਲ ਨੇ ਸ਼ੇਅਰ ਕੀਤੀ ਹੋਈ ਸੀ ਪਹਿਲਾਂ ਵੀ ਸੁਣੀ ਹੋਈ ਹੈ ਤੇ ਪੜ੍ਹੀ ਕਹਾਣੀ ਮਤਲਬ ਸਾਈਜ਼ ਦੇ ਵਿੱਚ ਨਿੱਕੀ ਹੈ ਪਰ ਖਿਆਲ ਦੇ ਵਿੱਚ ਤੇ ਸਨੇਹ ਦੇ ਵਿੱਚ ਬਹੁਤ ਵੱਡੀ ਕਹਾਣੀ ਹੈ ਕਹਿੰਦੇ ਇੱਕ ਵਾਰ ਇੱਕ ਪਿਤਾ ਕੰਮ ਕਰ ਰਿਹਾ ਸੀ ਆਪਣਾ ਕੰਮ ਦੇ ਵਿੱਚ ਬੀਜੀ ਸੀ ਤੇ ਉਹਦਾ ਬੱਚਾ ਉਹਦੇ ਕੋਲੇ ਬਾਰ-ਬਾਰ ਆਉਂਦਾ ਤੇ ਉਹਨੂੰ ਡਿਸਟਰਬ ਕਰੀ ਜਾ ਰਿਹਾ ਸੀ ਪਿਤਾ ਮਾਂ ਡਿਸਟਰਬ ਹੋ ਰਿਹਾ ਸੀ ਖੇਜ ਵੀ ਰਿਹਾ ਸੀ ਉਹਨੇ ਕੀ ਕੀਤਾ ਇੱਕ ਮੈਗਜ਼ੀਨ ਦੇ ਵਿੱਚੋਂ ਇੱਕ ਪੇਜ ਪੜਿਆ ਜਿਹਦੇ ਉੱਤੇ ਸੰਸਾਰ ਦਾ ਨਕਸ਼ਾ ਸੀ ਉਹਨੂੰ ਟੁਕੜੇ ਟੁਕੜੇ ਕੀਤਾ ਤੇ ਆਪਣੇ ਬੇਟੇ ਨੂੰ ਕਹਿੰਦਾ ਜਾ ਇਹਨੂੰ ਜੋੜ ਕੇ ਲੈ ਕੇ ਆ ਉਹ ਐਸੇ ਵੀ ਕੁਝ ਦੇਰ ਟਿਕਟ ਵਾਲਿਆ ਰੂ ਘੰਟਾ ਤੋਂ ਘੰਟੇ ਮਾਸਪਾਈ ਕਰੀ ਜਾਊਗਾ ਤੇ ਮੈਂ ਆਪਣਾ ਕੰਮ ਕਰ ਲੂੰਗਾ ਬੱਚਾ ਕੁਝ ਮਿੰਟਾਂ ਬਾਅਦ ਹੀ ਆ ਗਿਆ ਮਾਪਸ ਕਹਿੰਦਾ ਲਓ ਜੀ ਜੋੜਤਾ ਤੇ ਉਹ ਹੈਰਾਨ ਕਹਿੰਦਾ ਤੂੰ ਸੰਸਾਰ ਦਾ ਨਕਸ਼ਾ ਦੁਨੀਆ ਦਾ ਨਕਸ਼ਾ ਅ ਚਾਰ ਪੰਜ ਮਿੰਟ ਚੀ ਜੋੜਤਾ ਇਹ ਕਿਵੇਂ ਜੋੜਤਾ ਬੱਚਾ ਕਹਿੰਦਾ ਕਹਿੰਦਾ ਪਾਪਾ ਇਹਦੇ ਪਿਛਲੇ ਪਾਸੇ ਨਾ ਇੱਕ ਖਿਡਾਰੀ ਦੀ ਫੋਟੋ ਸੀਗੀ ਹੈਨਾ ਤਾਂ ਮੈਂ ਉਹ ਕਹਿੰਦਾ ਖਿਡਾਰੀ ਦੀ ਫੋਟੋ ਜੋੜਨ ਲੱਗ ਗਿਆ ਕਹਿੰਦਾ ਮੈਂ ਕਿਹਾ ਵੀ ਜੇ ਬੰਦਾ ਠੀਕ ਬਣ ਗਿਆ ਤਾਂ ਸੰਸਾਰ ਦਾ ਨਕਸ਼ਾ ਠੀਕ ਬਣ ਜੂ ਜੇ ਬੰਦਾ ਠੀਕ ਬਣ ਗਿਆ ਨਾ ਸੰਸਾਰ ਦਾ ਨਕਸ਼ਾ ਠੀਕ ਬਣ ਜੂ ਜੇ ਅਸੀਂ ਠੀਕ ਹੋ ਗਏ ਅਸੀਂ ਬੰਦੇ ਬਣ ਗਏ ਤਾਂ ਦੁਨੀਆ ਆਪਣੇ ਆਪ ਠੀਕ ਹੋ ਜਾਣੀ ਹੈ ਬੰਦੇ ਬਣੋ ਬੰਦੇ